ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ, ਅਤੇ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਪਰਮਾਤਮਾ ਸਭ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ। ਅਤੇ ਜਿਹੜੇ ਵੀ ਮੇਰੇ ਵੀਰ ਭਰਾਵਾਂ ਨੇ ਪੇਪਰ ਭਰਾਏ ਆ, ਭਾਵੇਂ ਉਹ ਦਸੰਬਰ ਵਾਲੇ ਆ ਭਾਵੇਂ ਉਹ ਮਾਰਚ ਵਾਲੇ ਆ, ਉਹਨਾਂ ਦੇ ਪੇਪਰ ਜਿਹੜੇ ਆ ਜ਼ਰੂਰ ਨਿਕਲਣ। ਅਤੇ ਕਾਫੀ ਮੇਰੇ ਵੀਰ ਭਰਾ ਆ ਜਿਨ੍ਹਾਂ ਦੇ ਹਜੇ ਦਸੰਬਰ ਵਾਲੇ ਪੇਪਰ ਨਹੀਂ ਨਿਕਲੇ, ਅਤੇ ਉਹਨਾਂ ਦੇ ਕਾਫੀ ਆਪਾਂ ਨੂੰ ਸਵਾਲ ਆਉਂਦੇ ਆ ਕਿ ਦਸੰਬਰ ਵਾਲੇ ਪੇਪਰ ਜਿਹੜੇ ਆ ਹੁਣ ਨਿਕਲਣਗੇ ਜਾਂ ਨਹੀਂ ਨਿਕਲਣਗੇ, ਕਿਉਂਕਿ ਜਿਹੜੇ ਮਾਰਚ ਵਾਲੇ ਪੇਪਰ ਆ ਇਹ ਹੁਣ ਨਿਕਲਣੇ ਸ਼ੁਰੂ ਹੋ ਚੁੱਕੇ ਆ। ਖਾਸ ਕਰਕੇ ਜਿਹੜੇ 9 ਮਹੀਨੇ ਵਾਲੇ ਪੇਪਰ ਆ ਮਾਰਚ ਵਾਲੇ ਜਿਹੜੇ ਤੁਸੀਂ ਭਰੇ ਸੀਗੇ, ਉਹ ਕਾਫੀ ਹੁਣ ਜਿਹੜੇ ਜ਼ਿਲ੍ਹੇ ਆ ਉਹਨਾਂ ਵਿੱਚੋਂ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਹੋਰ ਥੋੜ੍ਹੇ ਸਮੇਂ ਤੱਕ ਲਗਭਗ ਸਾਰੇ ਜ਼ਿਲ੍ਹਿਆਂ ਚੋਂ ਜਿਹੜੇ ਆ ਇਹ 9 ਮਹੀਨੇ ਵਾਲੇ ਪੇਪਰ ਜਿਹੜੇ ਆ ਨਿਕਲ ਜਾਣਗੇ। ਅਤੇ ਇਸ ਤੋਂ ਬਾਅਦ ਆਊਗੀ ਸਾਲ ਵਾਲੇ ਅਤੇ ਜਿਹੜੇ ਡੋਮੈਸਟਿਕ ਪੇਪਰ ਆ, ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ, ਅਤੇ ਇਸ ਤੋਂ ਬਾਅਦ ਇਹ ਪੇਪਰ ਵੀ ਜਿਹੜੇ ਆ ਸਾਰੇ ਨਿਕਲ ਜਾਣਗੇ, ਇਹਨਾਂ ਨੂੰ ਥੋੜ੍ਹਾ ਜਿਹਾ ਟਾਈਮ ਲੱਗੂਗਾ। ਅਤੇ ਜਿਹੜੇ ਮੇਰੇ ਵੀਰ ਭਰਾ ਮਾਰਚ ਵਾਲੇ ਜਾਂ ਜਿਹੜੇ ਸਾਲ ਵਾਲੇ ਪੇਪਰਾਂ ਬਾਰੇ ਪੁੱਛਦੇ ਆ, ਅਤੇ ਉਹਨਾਂ ਨੂੰ ਇਹੀ ਮੈਂ ਕਹਿਣਾ ਚਾਹੁੰਦਾ ਕਿ ਹਜੇ ਤੁਸੀਂ ਥੋੜ੍ਹੀ ਜਿਹੀ ਹੋਰ ਵੇਟ ਕਰੋ, ਕਿਉਂਕਿ ਪਹਿਲਾਂ ਜਿਹੜੇ ਹੁਣ ਮਾਰਚ ਵਾਲੇ ਪੇਪਰ ਨਿਕਲ ਰਹੇ ਆ ਅਤੇ ਦਸੰਬਰ ਵਾਲੇ ਜਿਹੜੇ ਪੇਪਰ ਆ ਉਹ ਵੀ ਕਿਤੇ ਕਿਤੇ ਮੇਰੇ ਵੀਰਾਂ ਦੇ ਨਿਕਲ ਰਹੇ ਆ। ਅਤੇ ਜੇਕਰ ਤੁਹਾਡੇ ਵੀ ਜਿਹੜੇ ਪੇਪਰ ਆ ਦਸੰਬਰ ਵਾਲੇ ਨਿਕਲਦੇ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ। ਜੇ ਹੋਰ ਵੀ ਤੁਹਾਡੇ ਮਾਰਚ ਵਾਲੇ ਪੇਪਰ ਨਿਕਲਦੇ ਆ ਤਾਂ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਆ, ਤਾਂ ਜੋ ਹੋਰ ਵੀ ਆਪਣੇ ਵੀਰਾਂ ਭਰਾਵਾਂ ਨੂੰ ਜਿਹੜਾ ਆ ਪਤਾ ਲੱਗ ਸਕੇ। ਅਤੇ ਜੇਕਰ ਤੁਹਾਨੂੰ ਲੱਗਦਾ ਆ ਕਿ ਤੁਹਾਡੀ ਜਿਹੜੀ ਸਲਿੱਪ ਆ ਉਹ ਫੇਕ ਹੋ ਸਕਦੀ ਆ ਜਿਹੜੇ ਰਿਸ਼ੀ ਪੂਤਾ ਹੁੰਦਾ ਆ, ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹਾਂ, ਅਤੇ ਉੱਥੇ ਜਾ ਕੇ ਸਾਨੂੰ ਮੈਸੇਜ ਦੇ ਵਿੱਚ ਆਪਣੀ ਸਲਿੱਪ ਭੇਜ ਸਕਦੇ ਹਾਂ, ਅਤੇ ਅਸੀਂ ਉੱਥੇ ਤੁਹਾਡੀ ਸਲਿੱਪ ਚੈੱਕ ਕਰ ਦੇਵਾਂਗੇ ਕਿ ਤੁਹਾਡੀ ਸਲਿੱਪ ਜਿਹੜੀ ਅਸਲੀ ਆ ਜਾਂ ਨਕਲੀ ਆ। ਅਤੇ ਇਸ ਕਰਕੇ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਫੋਲੋ ਕਰ ਲਿਓ, ਅਸੀਂ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ। ਅਤੇ ਜੇ ਹੋਰ ਵੀ ਤੁਸੀਂ ਕੋਈ ਗੱਲਬਾਤ ਕਰਨੀ ਆ ਤਾਂ ਸਾਡੇ ਨਾਲ ਇੰਸਟਾਗ੍ਰਾਮ ਦੇ ਉੱਤੇ ਕਰ ਸਕਦੇ ਹਾਂ, ਕਿਉਂਕਿ ਜਿਹੜੇ ਕਈ ਵਾਰ ਸਾਰੇ ਕਮੈਂਟਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਨਹੀਂ ਦਿੱਤੇ ਜਾਂਦੇ, ਇਸ ਤਰੀਕੇ ਨਾਲ ਜਿਹੜੀ ਵੀਡੀਓ ਕਾਫੀ ਲੰਬੀ ਹੋ ਜਾਂਦੀ ਆ। ਅਤੇ ਜੇਕਰ ਤੁਹਾਡੇ ਕਮੈਂਟਾਂ ਦੇ ਜਵਾਬ ਵੀਡੀਓ ਦੇ ਵਿੱਚ ਨਹੀਂ ਦਿੱਤੇ ਜਾਂਦੇ ਤਾਂ ਤੁਸੀਂ ਉੱਥੇ ਜਾ ਕੇ ਸਾਨੂੰ ਜਿਹੜਾ ਮੈਸੇਜ ਕਰ ਸਕਦੇ ਆ। ਅਤੇ ਜੇਕਰ ਤੁਸੀਂ ਵੀ ਸਿੱਖਣਾ ਚਾਹੁੰਦੇ ਆ ਇਟਾਲੀਅਨ ਲੈਂਗੁਏਜ, ਤਾਂ ਆਪਾਂ ਤੁਹਾਡੇ ਲਈ ਇੱਕ ਚੈਨਲ ਬਣਾਇਆ ਆ ਜਿਹਦੇ ਉੱਤੇ ਆਪਾਂ ਇਟਾਲੀਅਨ ਲੈਂਗੁਏਜ ਤੁਹਾਨੂੰ ਪੰਜਾਬੀ ਦੇ ਵਿੱਚ ਸਿਖਾਵਾਂਗੇ, ਅਤੇ ਉਸਦਾ ਲਿੰਕ ਵੀ ਜਿਹੜਾ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੱਤਾ ਹੈ, ਅਤੇ ਤੁਸੀਂ ਜਾ ਕੇ ਉਹ ਵੀ ਚੈਨਲ ਉੱਥੇ ਫੋਲੋ ਕਰ ਸਕਦੇ ਆ। ਕਿਉਂਕਿ ਜਦੋਂ ਤੁਸੀਂ ਇਟਲੀ ਦੇ ਵਿੱਚ ਆ ਜਾਂਦੇ ਆ ਤਾਂ ਲੈਂਗੁਏਜ ਜਿਹੜੀ ਬਹੁਤ ਇੰਪੋਰਟੈਂਟ ਆ, ਅਤੇ ਇਸ ਕਰਕੇ ਤੁਹਾਨੂੰ ਉੱਥੇ ਆਪਾਂ ਇਟਾਲੀਅਨ ਲੈਂਗੁਏਜ ਪੰਜਾਬੀ ਦੇ ਵਿੱਚ ਸਿਖਾਵਾਂਗੇ। ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਵਾਲੇ ਬਟਨ ਨੂੰ ਆਲ 'ਤੇ ਪ੍ਰੈਸ ਕਰ ਲਿਓ। ਅਤੇ ਇਸ ਤੋਂ ਬਾਅਦ ਇੱਕ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਇਸ ਵਕਤ ਚੱਲ ਰਹੀ ਹੈਗੀ ਆ ਜੀ, ਉਹ ਹੈਗੀ ਆ ਅਪੁਆਇੰਟਮੈਂਟਾਂ ਦੀ, ਕਿਉਂਕਿ ਕਾਫੀ ਮੇਰੇ ਵੀਰਾਂ ਦੇ ਜਿਹੜੇ ਨੂਲੇ ਆ ਉਸ 'ਤੇ ਐਕਸਪਾਇਰ ਹੋਣ 'ਤੇ ਆ ਚੁੱਕੇ ਆ, ਅਤੇ ਉਹਨਾਂ ਨੂੰ ਅਪੁਆਇੰਟਮੈਂਟ ਜਿਹੜੀ ਨਹੀਂ ਮਿਲ ਰਹੀ। ਅਤੇ ਕਈ ਤਾਂ ਮੇਰੇ ਵੀਰ ਇਹ ਵੀ ਪੁੱਛਦੇ ਆ, ਕਾਫੀ ਕਮੈਂਟ ਕਰਦੇ ਆ ਕਿ ਕਈ ਵੀਰ ਹੁੰਦੇ ਆ ਜਿਹੜੇ ਹੁਣ ਅਪੁਆਇੰਟਮੈਂਟਾਂ ਤੋਂ, ਜੇਕਰ ਉਹ ਬਿਨਾਂ ਅਪੁਆਇੰਟਮੈਂਟ ਤੋਂ ਜਾ ਕੇ ਅੰਬੈਸੀ ਦੇ ਵਿੱਚ ਆਪਣੀ ਫਾਈਲ ਜਮ੍ਹਾਂ ਕਰਾਉਂਦੇ ਆ, ਅਤੇ ਉਹ ਸਾਨੂੰ ਕਮੈਂਟ ਕਰਕੇ ਆਪਣੇ ਨਾਲ ਜੋ ਵੀ ਉਹਨਾਂ ਨਾਲ ਗੱਲਬਾਤ ਉੱਥੇ ਹੁੰਦੀ ਆ ਤਾਂ ਸਾਨੂੰ ਜ਼ਰੂਰ ਦੱਸ ਸਕਦੇ ਆ। ਕਿਉਂਕਿ ਕਈ ਮੇਰੇ ਵੀਰ ਭਰਾ ਇਹੋ ਜਿਹੇ ਆ ਜਿਨ੍ਹਾਂ ਨੂੰ ਹਜੇ ਅਪੁਆਇੰਟਮੈਂਟਾਂ ਨਹੀਂ ਮਿਲੀਆਂ, ਪਰ ਉਹਨਾਂ ਦੇ ਨੂਲੇ ਉੱਤੇ ਜਿਹੜੇ ਐਕਸਪਾਇਰ ਹੋਣ ਤੱਕ ਆ ਚੁੱਕੇ ਆ। ਅਤੇ ਜੇਕਰ ਕੋਈ ਵੀ ਮੇਰਾ ਵੀਰ ਭਰਾ ਬਿਨਾਂ ਅਪੁਆਇੰਟਮੈਂਟ ਤੋਂ ਅੰਬੈਸੀ ਦੇ ਵਿੱਚ ਜਾਂਦਾ ਆ ਅਤੇ ਉਹਦੀ ਫਾਈਲ ਜਿਹੜੀ ਜਮ੍ਹਾਂ ਹੋ ਜਾਂਦੀ ਆ ਅੰਬੈਸੀ ਦੇ ਵਿੱਚ, ਤਾਂ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦਾ, ਤਾਂ ਇਸ ਤਰੀਕੇ ਨਾਲ ਹੋਰ ਵੀ ਆਪਣੇ ਜਿਹੜੇ ਵੀਰ ਭੈਣ ਆ ਉਹਨਾਂ ਨੂੰ ਕਾਫੀ ਜਿਹੜੀ ਹੈਲਪ ਮਿਲੂਗੀ। ਅਤੇ ਅਪੁਆਇੰਟਮੈਂਟਾਂ ਦੀ ਜੇ ਆਪਾਂ ਗੱਲ ਕਰ ਲਈਏ, ਹੁਣ ਆਪਾਂ ਨੂੰ ਇੱਕ ਆਸ ਹੈਗੀ ਆ ਕਿ ਮਈ ਮਹੀਨੇ ਤੋਂ ਜਿਹੜੀਆਂ ਅਪੁਆਇੰਟਮੈਂਟਾਂ ਜਿਹੜੀਆਂ ਉਹ ਰੈਗੂਲਰਲੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਜਿਹੜੇ ਹੁਣ ਮਾਰਚ ਮਹੀਨੇ ਵਾਲੇ ਪੇਪਰ ਆ, ਖਾਸ ਕਰਕੇ 9 ਮਹੀਨੇ ਵਾਲੇ ਪੇਪਰ, ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ। ਪਰ ਹਜੇ ਅੰਬੈਸੀ ਦੇ ਵੱਲੋਂ ਕੋਈ ਵੀ ਜਿਹੜੀ ਆ ਪੱਕੀ ਤਰੀਕ ਨਹੀਂ ਆਪਾਂ ਨੂੰ ਸ਼ਿਓਰ ਕੀਤੀ ਗਈ ਕਿ ਕਦੋਂ ਜਿਹੜੀਆਂ ਅੰਬੈਸੀ ਦੇ ਵਿੱਚ ਫਾਈਲ ਜਮ੍ਹਾਂ ਕਰਾਉਣ ਦੇ ਲਈ ਅਪੁਆਇੰਟਮੈਂਟਾਂ ਜਿਹੜੀਆਂ ਓਪਨ ਹੋ ਜਾਊਗੀਆਂ, ਪਰ ਇੱਕ ਆਸ ਹੈਗੀ ਆ ਕਿਉਂਕਿ ਜਿਹੜੇ 9 ਮਹੀਨੇ ਵਾਲੇ ਪੇਪਰ ਆ ਮਾਰਚ ਮਹੀਨੇ ਵਾਲੇ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਜਲਦੀ ਹੁਣ ਆਪਣੇ ਵੀਰਾਂ ਨੂੰ ਕਾਫੀ ਜਾਣਿਆਂ ਨੂੰ ਜਿਹੜੇ ਆ ਨੂਲੇ ਆ ਉਸ 'ਤੇ ਉਹ ਮਿਲਣੇ ਸ਼ੁਰੂ ਹੋ ਜਾਣੇ ਆ। ਅਤੇ ਇਸ ਨੂੰ ਦੇਖਦੇ ਹੋਏ ਅੰਬੈਸੀ ਜਿਹੜੀਆਂ ਅਪੁਆਇੰਟਮੈਂਟਾਂ ਜ਼ਰੂਰ ਓਪਨ ਕਰੂਗੀ, ਅਤੇ ਜਦੋਂ ਵੀ ਆਪਾਂ ਨੂੰ ਅਪੁਆਇੰਟਮੈਂਟਾਂ ਬਾਰੇ ਇੱਦਾਂ ਦੀ ਕੋਈ ਵੀ ਅਪਡੇਟ ਮਿਲਦੀ ਆ ਤਾਂ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਿਹੜਾ ਜਲਦੀ ਤੋਂ ਜਲਦੀ ਜ਼ਰੂਰ ਸ਼ੇਅਰ ਕਰਾਂਗੇ। ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਘੰਟੀ ਵਾਲੇ ਬਟਨ ਨੂੰ ਆਲ 'ਤੇ ਜ਼ਰੂਰ ਪ੍ਰੈਸ ਕਰ ਲਿਆ ਕਰੋ, ਤਾਂ ਜੋ ਜਿਹੜਾ ਵੀਡੀਓ ਦਾ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਅਤੇ ਇਸ ਤੋਂ ਬਾਅਦ ਹੈਗੀ ਆ ਜੀ ਖੁਸ਼ਖਬਰੀ, ਜਿਨ੍ਹਾਂ ਵੀਰਾਂ ਨੇ ਆਪਣੇ ਤੋਂ ਪੇਪਰ ਭਰਾਏ ਸੀਗੇ ਉਹਨਾਂ ਵੀਰਾਂ ਦੇ ਲਈ ਇਹ ਖੁਸ਼ਖਬਰੀ ਆ, ਕਿਉਂਕਿ ਉਹਨਾਂ ਵਿੱਚੋਂ 3 ਵੀਰ ਆ ਜਿਹੜੇ ਉਹਨਾਂ ਦੇ ਪੇਪਰ ਨਿਕਲ ਚੁੱਕੇ ਆ, ਅਤੇ ਆਪਾਂ ਤੁਹਾਨੂੰ ਹੁਣ ਦੱਸਾਂਗੇ ਕਿ ਕਿਹੜੇ ਕਿਹੜੇ ਵੀਰ ਆ ਅਤੇ ਕਿਹਨਾਂ ਦੇ ਪੇਪਰ ਕਿੱਥੋਂ ਨਿਕਲੇ ਆ। ਅਤੇ ਸਭ ਤੋਂ ਪਹਿਲਾਂ ਜਿਹੜਾ ਵੀਰ ਆ ਉਹਨੂੰ ਮੁਬਾਰਕਾਂ, ਕਰਨਵੀਰ ਸਿੰਘ, ਇਹਨਾਂ ਦੇ ਪੇਪਰ ਜਿਹੜੇ ਹੈਗੇ ਆ ਤਰੀਨੋ ਤੋਂ ਨਿਕਲੇ ਆ ਜੀ, ਅਤੇ ਟਾਈਮਿੰਗ ਜਿਹੜੀ ਇਹਨਾਂ ਦੀ ਠੀਕ ਸੀਗੀ, ਥੋੜ੍ਹਾ ਟਾਈਮ ਥੋੜ੍ਹਾ
ਅਤੇ ਇਹਨਾਂ ਦੇ ਪੇਪਰ ਜਿਹੜੇ ਹੈਗੇ ਆ ਉਹ ਨਿਕਲੇ ਹੈਗੇ ਆ ਜੀ ਕਾਪੋ ਵਾਸੋ ਸ਼ਹਿਰ ਤੋਂ, ਅਤੇ ਇਸ ਤੋਂ ਬਾਅਦ ਅਗਲੇ ਵੀਰ ਦੇ ਨਿਕਲੇ ਹੈਗੇ ਆ ਪੇਪਰ ਕਾਪੋ ਵਾਸੋ ਸ਼ਹਿਰ ਤੋਂ, ਅਤੇ ਵੀਰ ਦਾ ਨਾਮ ਹੈਗਾ ਆ ਜੀ ਲਖਵਿੰਦਰ ਸਿੰਘ, ਅਤੇ ਹਜੇ ਤੱਕ ਇਹਨਾਂ ਤਿੰਨਾਂ ਵੀਰਾਂ ਦੇ ਆਪਣੇ ਤੱਕ ਪੇਪਰ ਪਹੁੰਚੇ ਆ, ਅਤੇ ਇਹਨਾਂ ਤਿੰਨਾਂ ਵੀਰਾਂ ਨੂੰ ਆਪਣੇ ਵੱਲੋਂ ਜਿਹੜੀਆਂ ਮੁਬਾਰਕਾਂ, ਅਤੇ ਆਪਾਂ ਉਮੀਦ ਕਰਦੇ ਹਾਂ ਕਿ ਹੋਰ ਵੀ ਜਿਹੜੇ ਆਪਣੇ ਵੀਰਾਂ ਭਰਾਵਾਂ ਨੇ ਪੇਪਰ ਭਰਾਇਓ ਆ ਅਤੇ ਸਾਰਿਆਂ ਦੇ ਪੇਪਰ ਜਿਹੜੇ ਆ ਉਹ ਜ਼ਰੂਰ ਨਿਕਲਣ, ਕਿਉਂਕਿ ਹਰੇਕ ਨੂੰ ਇੱਕ ਆਸ ਹੁੰਦੀ ਆ। ਅਤੇ ਜਿਹੜੇ ਪੇਪਰ ਆ ਹਜੇ 9 ਮਹੀਨੇ ਵਾਲੇ ਨਿਕਲੇ ਆ, ਅਤੇ ਜਿਹੜੇ ਮੇਰੇ ਵੀਰਾਂ ਭਰਾਵਾਂ ਨੇ ਸਾਲ ਵਾਲੇ ਪੇਪਰ ਭਰਾਇਓ ਆ ਉਹਨਾਂ ਨੂੰ ਹਜੇ ਥੋੜ੍ਹਾ ਜਿਹਾ ਸਬਰ ਕਰਨਾ ਪਊਗਾ, ਹਜੇ ਥੋੜ੍ਹਾ ਟਾਈਮ ਲੱਗ ਜਾਣਾ ਸਾਲ ਵਾਲੇ ਅਤੇ ਡੋਮੈਸਟਿਕ ਪੇਪਰਾਂ ਨੂੰ। ਇਹ ਜਿਹੜੇ ਪੇਪਰ ਆ ਇਹ ਸਾਰੇ ਹਜੇ 9 ਮਹੀਨੇ ਵਾਲੇ ਪੇਪਰ ਨਿਕਲ ਰਹੇ ਆ, ਅਤੇ ਕਾਫੀ ਹੋਰ ਜ਼ਿਲ੍ਹੇ ਆ ਜਿਨ੍ਹਾਂ ਦੇ ਵਿੱਚੋਂ ਪੇਪਰ ਨਿਕਲੇ ਆ, ਜਿਵੇਂ ਕਿ ਵਰੋਨਾ, ਲਤੀਨਾ, ਕਾਪੋ ਵਾਸੋ, ਲਿਜ਼ਾ, ਤ੍ਰਿਨੋ, ਨਾਪੋਲੀ, ਲਗਭਗ ਹੋਰ ਸਾਰੇ ਸਟੇਟਾਂ ਦੇ ਵਿੱਚੋਂ ਜਿਹੜੇ ਆ ਉਹ ਪੇਪਰ ਨਿਕਲਣੇ ਸ਼ੁਰੂ ਹੋ ਚੁੱਕੇ ਆ 9 ਮਹੀਨੇ ਵਾਲੇ। ਅਤੇ ਤੁਸੀਂ ਆਪਣੇ ਏਜੰਟ ਦੇ ਨਾਲ ਵੀ ਗੱਲਬਾਤ ਕਰ ਸਕਦੇ ਆ ਪੇਪਰਾਂ ਦੇ ਬਾਰੇ ਜਿਹੜੇ ਮੇਰੇ ਵੀਰਾਂ ਭਰਾਵਾਂ ਨੇ 9 ਮਹੀਨੇ ਵਾਲੇ ਭਰਾਇਓ ਆ। ਅਤੇ ਕਈ ਵੀਰਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਆ ਉਹਨਾਂ ਦੀ ਟਾਈਮਿੰਗ ਜਿਹੜੀ ਆ ਕਾਫੀ ਲੇਟ ਹੁੰਦੀ ਆ, ਅਤੇ ਉਹ ਆਪਾਂ ਨੂੰ ਇਹੀ ਸਵਾਲ ਪੁੱਛਦੇ ਆ ਕਿ ਕਿਉਂਕਿ ਉਹਨਾਂ ਦੀ ਟਾਈਮਿੰਗ ਪਹਿਲੇ ਬਹੁਤ ਲੇਟ ਹੁੰਦੀ ਆ, ਉਹਨਾਂ ਦਾ ਸਵਾਲ ਇੱਕੋ ਹੀ ਹੁੰਦਾ ਕਿ ਉਹਨਾਂ ਨੂੰ ਹੁਣ ਇੱਕ ਆਸ ਰੱਖਣੀ ਚਾਹੀਦੀ ਆ ਪੇਪਰਾਂ ਦੀ ਜਾਂ ਨਹੀਂ। ਅਤੇ ਇਹ ਵੀ ਗੱਲ ਆਪਾਂ ਇੱਥੇ ਕਲੀਅਰ ਕਰ ਦਿੰਦੇ ਹਾਂ ਕਿ ਜਿਹੜੇ ਮੇਰੇ ਵੀਰਾਂ ਦੇ ਇਸ ਵਾਰ ਟਾਈਮਿੰਗ ਜਿਹੜੀ ਆ ਜਿਨ੍ਹਾਂ ਦੀ ਸਹੀ ਵੀ ਨਹੀਂ ਹੈਗੀ ਲੇਟ ਆ ਟਾਈਮਿੰਗ, ਉਹਨਾਂ ਦੇ ਵੀ ਪੇਪਰ ਜਿਹੜੇ ਇਸ ਵਾਰ ਨਿਕਲ ਰਹੇ ਆ, ਕਿਉਂਕਿ ਇਸ ਵਾਰ ਇੱਕ ਤਾਂ ਜਿਹੜਾ ਕੋਟਾ ਹੈਗਾ ਆ ਪੇਪਰਾਂ ਦਾ ਉਹ ਵੀ ਅੱਗੇ ਨਾਲੋਂ ਜ਼ਿਆਦਾ ਆ, ਅਤੇ ਇਸ ਵਾਰ ਜਿਹੜਾ ਇੰਡੀਆ ਦੇ ਲਈ ਇੱਕ ਸਪੈਸ਼ਲ ਕੋਟਾ ਜਿਹੜਾ ਉਹ ਵੀ ਰੱਖਿਆ ਗਿਆ ਸੀਗਾ। ਅਤੇ ਉਸ ਤੋਂ ਬਾਅਦ ਇਸ ਵਾਰ ਸਾਈਟਾਂ ਬਲੌਕ ਹੋਣ ਦੇ ਕਾਰਨ ਥੋੜ੍ਹੀ ਥੋੜ੍ਹੀ ਟਾਈਮਿੰਗ ਜਿਹੜੀ ਆ ਹਰ ਪਾਸੇ ਜਿਹੜੀ ਆ ਥੋੜ੍ਹੀ ਥੋੜ੍ਹੀ ਲੇਟ ਆ ਰਹੀ ਆ, ਅਤੇ ਇਸ ਵਾਰ ਜਿਹੜੇ ਆ ਜਿਨ੍ਹਾਂ ਦੇ ਪੇਪਰ ਮਿੰਟਾਂ ਦੇ ਵਿੱਚ ਜਿਹੜੇ ਭਰ ਹੋਏ ਉਹਨਾਂ ਦੀ ਵੀ ਜਿਹੜੇ ਆ ਪੇਪਰ ਨਿਕਲਣ ਦੇ ਕਾਫੀ ਚਾਂਸ ਆ, ਅਤੇ ਨਿਕਲ ਰਹੇ ਵੀ ਆ ਪੇਪਰ। ਅਤੇ ਇਸ ਕਰਕੇ ਜਿਨ੍ਹਾਂ ਦੀ ਟਾਈਮਿੰਗ ਲੇਟ ਵੀ ਆ ਉਹ ਵੀ ਜ਼ਿਆਦਾ ਟੈਨਸ਼ਨ ਨਾ ਲਓ, ਤੁਹਾਡੇ ਵੀ ਪੇਪਰ ਜਿਹੜੇ ਨਿਕਲਣ ਦੇ ਚਾਂਸ ਆ, ਅਤੇ ਉਮੀਦ ਜਿਹੜੀ ਆ ਤੁਹਾਨੂੰ ਜ਼ਰੂਰ ਰੱਖਣੀ ਚਾਹੀਦੀ ਆ, ਕਿਉਂਕਿ ਕੁਝ ਨਹੀਂ ਪਤਾ ਹੁੰਦਾ, ਕਈ ਵਾਰ ਜਿਹੜੀ ਕਿਸਮਤ ਆ ਉਹ ਕਈ ਵਾਰੀ ਜ਼ਿਆਦਾ ਵਧੀਆ ਨਿਕਲ ਜਾਂਦੀ ਬੰਦੇ ਦੀ ਟਾਈਮਿੰਗ, ਭਾਵੇਂ ਲੇਟ ਹੋਵੇ ਕਈ ਵਾਰ ਕਿਸਮਤ ਇਹ ਵਧੀਆ ਨਿਕਲ ਜਾਂਦੀ, ਲੇਟ ਟਾਈਮਿੰਗ ਵਾਲੇ ਦੇ ਵੀ ਪੇਪਰ ਜਿਹੜੇ ਉਹ ਨਿਕਲ ਜਾਂਦੇ ਆ। ਅਤੇ ਇਸ ਤੋਂ ਬਾਅਦ ਹੁਣ ਆਪਾਂ ਚੱਲਦੇ ਹਾਂ ਜੀ ਤੁਹਾਡੇ ਜਿਹੜੇ ਦੁਆਰਾ ਵੀਡੀਓ ਦੇ ਥੱਲੇ ਕੀਤੇ ਜਾਂਦੇ ਆ ਕਮੈਂਟ, ਅਤੇ ਆਪਾਂ ਤੁਹਾਡੇ ਸਾਰੇ ਕਮੈਂਟਾਂ ਦੇ ਜਵਾਬ ਦੇਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕਰੀਦੀ ਆ, ਪਰ ਵੀਡੀਓ ਜਿਹੜੀ ਲੰਬੀ ਕਾਫੀ ਹੋ ਜਾਂਦੀ ਹੈ, ਇਸ ਕਰਕੇ ਸਾਰੇ ਕਮੈਂਟਾਂ ਦੇ ਜਿਹੜੇ ਜਵਾਬ ਆ ਵੀਡੀਓ ਦੇ ਵਿੱਚ ਨਹੀਂ ਦਿੱਤੇ ਜਾਂਦੇ। ਅਤੇ ਤੁਸੀਂ ਸਾਨੂੰ ਜਾ ਕੇ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਉੱਥੇ ਜਾ ਕੇ ਮੈਸੇਜ ਕਰਕੇ ਆਪਣੇ ਸਵਾਲ ਜਵਾਬ ਪੁੱਛ ਸਕਦੇ ਆ। ਅਤੇ ਸਭ ਤੋਂ ਪਹਿਲਾਂ ਜਿਹੜਾ ਕਮੈਂਟ ਹੈਗਾ ਜੀ ਗਗਨਦੀਪ ਸਿੰਘ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਕਿ ਅੱਜ ਮੇਰੇ ਪੇਪਰ ਨਿਕਲ ਗਏ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਹੋਰ ਵੀ ਜਿਹੜੇ ਮੇਰੇ ਵੀਰਾਂ ਭਰਾਵਾਂ ਦੇ ਪੇਪਰ ਹਜੇ ਨਹੀਂ ਨਿਕਲੇ, ਅਤੇ ਸਾਰਿਆਂ ਦੇ ਪੇਪਰ ਜਿਹੜੇ ਆ ਜ਼ਰੂਰ ਨਿਕਲਣ। ਅਤੇ ਇਸ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਪ੍ਰਦੀਪ ਕੌਰ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਭਾਅ ਜੀ ਲਤੀਨਾ ਤੋਂ ਸਾਲ ਵਾਲੇ ਪੇਪਰ ਆ ਕਦੋਂ ਤੱਕ ਜਿਹੜੇ ਨਿਕਲਣੇ ਸ਼ੁਰੂ ਹੋ ਜਾਊਗੇ। ਅਤੇ ਜੇਕਰ ਆਪਾਂ ਗੱਲ ਕਰੀਏ ਸਾਲ ਵਾਲੇ ਪੇਪਰਾਂ ਦੀ, ਉਹ ਭਾਵੇਂ ਹੋਰ ਜਿਹੜੀਆਂ ਸਾਰੀਆਂ ਸਟੇਟ ਆ ਇਟਲੀ ਦੀ ਵਿੱਚ ਜਿੰਨੀਆਂ ਵੀ ਸਟੇਟ ਆ ਉਹ ਸਾਰੀਆਂ ਦੇ ਵਿੱਚੋਂ ਸਾਲ ਵਾਲੇ ਪੇਪਰ ਜਿਹੜੇ ਆ ਹਜੇ ਥੋੜ੍ਹਾ ਟਾਈਮ ਲੱਗੂਗਾ ਨਿਕਲਣ ਦੇ ਲਈ, ਭਾਵੇਂ ਉਹ ਲਤੀਨਾ ਆ ਭਾਵੇਂ ਹੋਰ ਕੋਈ ਵੀ ਸਟੇਟ ਆ, ਹਜੇ ਟਾਈਮ ਲੱਗੂਗਾ ਪੇਪਰ ਨਿਕਲਣ ਦੇ ਲਈ। ਹਜੇ ਸਿਰਫ ਜਿਹੜੇ ਆ 9 ਮਹੀਨੇ ਵਾਲੇ ਪੇਪਰ ਨਿਕਲਣੇ ਸ਼ੁਰੂ ਹੋਏ ਆ, ਅਤੇ ਲਤੀਨਾ ਦਾ ਜਿਹੜਾ ਕੋਟਾ ਇਸ ਵਾਰ ਕਾਫੀ ਆ, ਅਤੇ ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰਾਇਓ ਆ ਲਤੀਨਾ ਤੋਂ, ਅਤੇ ਉਹਨਾਂ ਦੇ ਪੇਪਰ ਜਿਹੜੇ ਆ ਨਿਕਲਣ ਦੇ ਜਿਹੜੇ ਚਾਂਸ ਕਾਫੀ ਆ। ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਕੋਈ ਯੂਜ਼ਰ ਨੇਮ ਆ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਮੇਰੇ ਪੇਪਰ ਜਿਹੜੇ 25 ਮਾਰਚ, ਟਾਈਮਿੰਗ 9:02:05, ਭਾਅ ਜੀ ਰੱਬ ਦਾ ਵਾਸਤਾ ਪਤਾ ਕਰਕੇ ਜ਼ਰੂਰ ਦੱਸਿਓ। ਅਤੇ ਇਹਨਾਂ ਦੇ ਪੇਪਰ, ਇਹਨਾਂ ਦੀ ਟਾਈਮਿੰਗ ਜਿਹੜੀ ਹੈਗੀ ਆ ਕਾਫੀ ਵਧੀਆ, 9:02:05, ਅਤੇ ਇਹਨਾਂ ਦੇ ਪੇਪਰ ਜਿਹੜੇ ਆ 9 ਮਹੀਨੇ ਵਾਲੇ ਆ 25 ਮਾਰਚ ਵਾਲੇ, ਅਤੇ ਹੁਣ ਜਿਹੜੇ ਪੇਪਰ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਇਹਨਾਂ ਨੇ ਜਿੱਥੋਂ ਮਰਜ਼ੀ ਭਰੇ ਹੋਣ, ਅਤੇ ਪੇਪਰ ਜਿਹੜੇ ਇਹਨਾਂ ਦੇ ਜ਼ਰੂਰ ਨਿਕਲੂਗੇ, ਕਿਉਂਕਿ 9 ਮਹੀਨੇ ਵਾਲੇ ਪੇਪਰ ਜਿਹੜੇ ਆ ਨਿਕਲਣੇ ਸ਼ੁਰੂ ਹੋ ਚੁੱਕੇ ਆ, ਅਤੇ ਕੋਟਾ ਵੀ ਜਿਹੜਾ ਇਹਨਾਂ ਦਾ ਕਾਫੀ ਆ। ਅਤੇ ਹੁਣ ਵੱਧਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਜਸਵਿੰਦਰ ਸਿੰਘ, ਅਤੇ ਇਹਨਾਂ ਦਾ ਕਮੈਂਟ ਹੈਗਾ ਹੈ ਜੀ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ BA CT ਦਾ ਕਿੰਨਾ ਕੋਟਾ ਆ 9 ਮੰਥ ਵਾਲੇ ਪੇਪਰ। ਅਤੇ ਸਭ ਤੋਂ ਪਹਿਲਾਂ ਜੇ ਗੱਲ ਕਰ ਲਈਏ ਆਪਾਂ BA CT ਕਿਹੜੀ ਆ, ਅਤੇ BA CT ਜਿਹੜੀ ਦਾ ਉਹਦਾ ਨਾਂ ਹੈਗਾ ਜੀ ਬਾਰੀ, ਬਾਰੀ ਤੋਂ ਇਹਨਾਂ ਦੇ ਜਿਹੜੇ ਪੇਪਰ ਕਲਿੱਕ ਹੋਏ ਆ 9 ਮੰਥ ਵਾਲੇ, ਅਤੇ ਇਹਦੇ ਜਿਹੜੇ ਕੋਟਾ ਜੇ ਆਪਾਂ ਬਾਰੀ ਦਾ ਦੇਖ ਲਈਏ, ਬਾਰੀ ਦਾ ਕੋਟਾ ਜਿਹੜਾ ਕਾਫੀ ਆ, ਭਾਵੇਂ ਉਹ 9 ਮਹੀਨੇ ਵਾਲੇ ਪੇਪਰ ਆ ਸਾਲ ਵਾਲੇ ਆ। ਜੇ ਹੁਣ ਦੇਖੀਏ ਬਾਰੀ ਦੇ ਕੋਟੇ ਦੀ, ਜਿਹੜੇ ਤਾਂ ਮਾਲਕਾਂ ਵੱਲੋਂ ਪੇਪਰ ਭਰ ਹੋਏ ਸੀਗੇ ਉਹ ਹੈਗੇ ਆ ਜੀ 2000 ਉਹਦਾ ਕੋਟਾ, ਅਤੇ ਉਸ ਤੋਂ ਬਾਅਦ ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਉਹਦਾ ਕੋਟਾ ਹੈਗਾ ਆ 300, ਅਤੇ ਜਿਹੜੇ ਸਪੈਸ਼ਲ ਸਾਲ ਵਾਲੇ ਪੇਪਰਾਂ ਦਾ ਕੋਟਾ ਸੀਗਾ ਜੀ ਉਹ ਹੈਗਾ ਹੈ 60, ਅਤੇ ਜਿਹੜੇ ਮੇਰੇ ਵੀਰਾਂ ਭਰਾਵਾਂ ਨੇ ਪੇਪਰ ਭਰਾਇਓ ਆ ਬਾਰੀ ਤੋਂ, ਕਾਫੀ ਚਾਂਸ ਆ ਉਹਨਾਂ ਦੇ ਪੇਪਰ ਨਿਕਲਣ ਦੇ। ਅਤੇ ਇਸ ਤੋਂ ਬਾਅਦ ਚੱਲਦੇ ਹੈਗੇ ਜੀ ਅਗਲੇ ਕਮੈਂਟ ਵੱਲ, ਅਗਲਾ ਕਮੈਂਟ ਹੈਗਾ ਆ ਰੂਪੇਸ਼ ਨਾਗਾ ਛੇਤਰੀ,
ਇਹਨਾਂ ਦਾ ਕਮੈਂਟ ਹੈਗਾ ਟਾਈਮ 9:05 ਅਤੇ 18 ਸੈਕਿੰਡ ਨਾ ਪੋਲੀ ਡੋਮੈਸਟਿਕ ਪੇਪਰ ਚਾਂਸ ਹੈਗੇ ਆ 21/3/2024 ਨੂੰ ਇਹਨਾਂ ਦੇ ਡੋਮੈਸਟਿਕ ਪੇਪਰ ਜਿਹੜੇ ਉਹ ਭਰ ਹੋਏ ਸੀਗੇ ਅਤੇ ਟਾਈਮਿੰਗ ਇਹਨਾਂ ਦੀ ਹੈਗੀ ਆ 9:05 ਅਤੇ 18 ਸੈਕਿੰਡ ਅਤੇ ਡੋਮੈਸਟਿਕ ਪੇਪਰ ਆ ਇਹ ਅਤੇ ਜਿਵੇਂ ਕਿ ਆਪਾਂ ਤੁਹਾਨੂੰ ਦੱਸੀਦਾ ਹੀ ਆ ਕਿ ਡੋਮੈਸਟਿਕ ਪੇਪਰਾਂ ਦਾ ਜਿਹੜਾ ਕਾਫੀ ਘੱਟ ਚਾਂਸ ਹੁੰਦੇ ਆ ਪੇਪਰ ਨਿਕਲਣ ਦੇ ਪਰ ਇਹਨਾਂ ਦਾ ਜਿਹੜਾ ਟਾਈਮਿੰਗ ਆ ਉਹ ਇੰਨਾ ਵੀ ਲੇਟ ਨਹੀਂ ਹੈਗਾ ਅਤੇ ਨਾਪੋਲੀ ਤੋਂ ਇਹਨਾਂ ਦੇ ਜਿਹੜੇ ਪੇਪਰ ਭਰੇ ਗਏ ਆ ਅਤੇ ਨਾਪੋਲੀ ਦਾ ਜਿਹੜਾ ਕੋਟਾ ਆ ਉਹ ਵੀ ਕਾਫੀ ਜ਼ਿਆਦਾ ਹੁੰਦਾ ਆ ਅਤੇ ਆਪਾਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਪੇਪਰ ਜਿਹੜੇ ਜ਼ਰੂਰ ਨਿਕਲਣ ਪਰ ਹਜੇ ਜਿਹੜੇ ਡੋਮੈਸਟਿਕ ਪੇਪਰ ਨਿਕਲਣ ਨੂੰ ਥੋੜ੍ਹਾ ਟਾਈਮ ਲੱਗੂਗਾ ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ ਅਤੇ ਅਗਲਾ ਕਮੈਂਟ ਹੈਗਾ ਰਾਜਦੀਪ ਬਰਾੜ ਵੱਲੋਂ ਇਹਨਾਂ ਦਾ ਕਮੈਂਟ ਹੈਗਾ ਬਾਈ ਜੀ ਕੋਈ ਮਾਲਕ ਕਹਿੰਦਾ ਆ ਕਿ ਇਕੱਲੀ ਐਂਟਰੀ ਹੋ ਸਕਦੀ ਆ ਵਰਕ ਨਹੀਂ ਉਸ ਦਾ ਕੀ ਹਿਸਾਬ ਕਿਤਾਬ ਆ ਕਿ ਉਸਦੇ ਪੇਪਰ ਜਿਹੜੇ ਨਿਕਲ ਸਕਦੇ ਆ ਜਾਂ ਨਹੀਂ ਨਿਕਲ ਸਕਦੇ ਕਿੰਨੇ ਪਰਸੈਂਟ ਚਾਂਸ ਆ ਇਹ ਕਹਿੰਦੇ ਅਤੇ ਜੇਕਰ ਤੁਹਾਡਾ ਕੋਈ ਮਾਲਕ ਤੁਹਾਨੂੰ ਕਹਿੰਦਾ ਆ ਕਿ ਜਿਹੜੇ ਤੁਹਾਡੇ ਆ ਸਿਰਫ ਐਂਟਰੀ ਤੁਹਾਡੀ ਹੋਣੀ ਆ ਅਤੇ ਕੰਮ ਨਹੀਂ ਹੈਗਾ ਅਤੇ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਇਹ ਮਾਲਕ ਨਹੀਂ ਕਹਿੰਦਾ ਹੁੰਦਾ ਇਹ ਕਹਿੰਦਾ ਹੁੰਦਾ ਜਿਹੜਾ ਤੁਹਾਡਾ ਏਜੰਟ ਆ ਜਿਹਨੇ ਤੁਹਾਡੇ ਪੇਪਰ ਭਰੇ ਹੋ ਆ ਕਿਉਂਕਿ ਕਈ ਵਾਰ ਜਿਹੜੇ ਇਹੋ ਜਿਹੇ ਮਾਲਕ ਹੁੰਦੇ ਆ ਕਿਉਂਕਿ ਮਾਲਕਾਂ ਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਹੁੰਦਾ ਉਹਦੇ ਥਰੂ ਜਿਹੜੇ ਕਿੰਨੇ ਪੇਪਰ ਜਿਹੜੇ ਆ ਭਰੇ ਗਏ ਆ ਇਸ ਵਾਰ ਅਤੇ ਇਸ ਕਰਕੇ ਜਿਹੜੇ ਏਜੰਟ ਆ ਉਹ ਇੱਕੋ ਮਾਲਕ ਦੇ ਥਰੂ ਜਿਹੜੇ ਕਾਫੀ ਬੰਦਿਆਂ ਦੇ ਪੇਪਰ ਭਰ ਜਾਂਦੇ ਆ ਅਤੇ ਜਦੋਂ ਇੱਦਾਂ ਪੇਪਰ ਭਰੇ ਜਾਂਦੇ ਆ ਤਾਂ ਬੰਦੇ ਨੂੰ ਕੰਮ ਕਿਸ ਤਰੀਕੇ ਨਾਲ ਲਵਾ ਸਕਦੇ ਆ ਏਜੰਟ ਉਹਨਾਂ ਕੋਲੋਂ ਕਿਹੜਾ ਕੋਈ ਕੰਮ ਹੁੰਦਾ ਆ ਤੁਸੀਂ ਸਮਝ ਸਕਦੇ ਆ ਇਸ ਗੱਲ ਨੂੰ ਆਪ ਹੀ ਅਤੇ ਇਸ ਕਰਕੇ ਏਜੰਟ ਜਿਹੜੀ ਆ ਇਕੱਲੀ ਤੁਹਾਡੀ ਐਂਟਰੀ ਕਰਾਉਂਦੇ ਆ ਪੇਪਰ ਵੀ ਨਹੀਂ ਜਮ੍ਹਾਂ ਕਰਾਉਂਦੇ ਤਾਂ ਹੀ ਜਿਹੜੇ ਅੰਬੈਸੀ ਨੇ ਨਿਊ ਰੂਲ ਬਣਾਏ ਸੀਗੇ ਤਾਂ ਜੋ ਜਿਹੜੇ ਸਾਰੇ ਮੇਰੇ ਵੀਰ ਭਰਾ ਜਿੰਨੇ ਵੀ ਆ ਰਹੇ ਆ ਸਾਰਿਆਂ ਦੇ ਪੇਪਰ ਜਿਹੜੇ ਇੱਥੇ ਆ ਕੇ ਜਮ੍ਹਾਂ ਹੋਣ ਕਿਉਂਕਿ ਅੱਗੇ ਜਿਹੜੇ ਬੰਦੇ ਆਉਂਦੇ ਹੁੰਦੇ ਸੀਗੇ ਉਹ ਆ ਤਾਂ ਜਾਂਦੇ ਹੁੰਦੇ ਸੀ ਇਟਲੀ ਦੇ ਵਿੱਚ ਪਰ ਉਹਨਾਂ ਦੇ ਪੇਪਰ ਜਿਹੜੇ ਉਹ ਜਮ੍ਹਾਂ ਨਹੀਂ ਸੀ ਕਰਾਏ ਜਾਂਦੇ ਪਰ ਇਸ ਵਾਰ ਇੱਕ ਅੱਧੀ ਵਾਰ ਤਾਂ ਹੁਣ ਇੱਦਾਂ ਚੱਲ ਜਾਊਗਾ ਪਰ ਅਗਲੀ ਵਾਰ ਤੋਂ ਹੋਰ ਵੀ ਜ਼ਿਆਦਾ ਸਖਤੀ ਹੋ ਜਾਣੀ ਆ ਅਤੇ ਸਾਰੇ ਜਿਹੜੇ ਪੇਪਰ ਆ ਉਹ ਤੁਹਾਨੂੰ ਨਾਲ ਲਾਣੇ ਪੈਣੇ ਆ ਤਾਂ ਹੀ ਤੁਹਾਡਾ ਜਿਹੜਾ ਉਹ ਵੀਜ਼ਾ ਲੱਗੂਗਾ ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ ਅਤੇ ਅਗਲਾ ਕਮੈਂਟ ਹੈਗਾ ਬਲਵੀਰ ਸਿੰਘ ਵੱਲੋਂ ਇਹਨਾਂ ਦਾ ਕਮੈਂਟ ਹੈਗਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਤੇ ਇਹਨਾਂ ਦਾ ਕਮੈਂਟ ਹੈਗਾ PC ਦਾ 9 ਮੰਥ ਦਾ ਕਿੰਨਾ ਕੋਟਾ ਆ 25/3/2024 ਨੂੰ ਜਿਹੜੇ ਇਹਨਾਂ ਦੇ ਪੇਪਰ ਭਰ ਹੋਏ ਸੀਗੇ 9 ਮਹੀਨੇ ਵਾਲੇ ਅਤੇ ਇਹ ਪੁੱਛ ਰਹੇ ਆ ਜੇਕਰ ਆਪਾਂ ਹੁਣ ਦੇਖ ਲਈਏ ਪਹਿਲਾਂ PC ਦਾ ਮਤਲਬ ਹੈਗਾ ਜੀ ਪਚੈਂਸਾ ਪਚੈਂਸੇ ਤੋਂ ਇਹਨਾਂ ਦੇ ਜਿਹੜੇ ਪੇਪਰ ਕਲਿੱਕ ਹੋਏ ਸੀਗੇ ਅਤੇ ਜੇਕਰ ਆਪਾਂ ਗੱਲ ਕਰ ਲਈਏ ਪਚੈਂਸੇ ਦੇ ਕੋਟੇ ਦੀ ਜਿਹੜੇ ਤਾਂ ਮਾਲਕਾਂ ਦੇ ਥਰੂ ਪੇਪਰ ਭਰ ਹੋਏ ਸੀਗੇ ਉਹਦਾ ਕੋਟਾ ਹੈਗਾ ਜੀ 200 ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਪੇਪਰ ਭਰ ਹੋਏ ਸੀਗੇ ਉਹਦਾ ਹੈਗਾ 450 ਅਤੇ ਜਿਹੜਾ ਸਪੈਸ਼ਲ ਸਾਲ ਵਾਲੇ ਪੇਪਰਾਂ ਲਈ ਕੋਟਾ ਸੀਗਾ ਉਹਦਾ ਹੈਗਾ ਹੈ ਜੀ 40 ਅਤੇ ਜਿਹੜੇ ਹੁਣ 9 ਮਹੀਨੇ ਵਾਲੇ ਪੇਪਰ ਆ ਉਹ ਇਹਨਾਂ ਲਈ ਖੁਸ਼ਖਬਰੀ ਆ ਕਿ 9 ਮਹੀਨੇ ਵਾਲੇ ਪੇਪਰ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਗਏ ਆ ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ ਅਗਲਾ ਕਮੈਂਟ ਹੈਗਾ ਕਾਲਾ ਦੇਨੀਆਲ ਇਹਨਾਂ ਦਾ ਕਮੈਂਟ ਹੈਗਾ ਆ BO City ਕਿੰਨਾ ਕੋਟਾ ਆ ਅਤੇ ਜੇਕਰ ਹੁਣ ਆਪਾਂ ਦੇਖ ਲਈਏ BO City ਹੈਗੀ ਕਿਹੜੀ ਆ ਅਤੇ BO City ਹੈਗੀ ਆ ਜੀ ਬਲੋਨੀਆ ਅਤੇ ਬਲੋਨੀਆ ਦੇ ਆਪਾਂ ਕੋਟੇ ਦੀ ਗੱਲ ਕਰ ਲਈਏ ਜਿਹੜੇ ਤਾਂ ਮਾਲਕਾ ਵੱਲੋਂ ਪੇਪਰ ਭਰ ਹੋਏ ਸੀਗੇ ਉਹ ਹੈਗਾ ਹੈ ਜੀ 650 ਅਤੇ ਉਸ ਤੋਂ ਬਾਅਦ ਐਗਰੀਕਲਚਰ ਏਜੰਸੀਆਂ ਵੱਲੋਂ ਇਹ ਕੋਟਾ ਹੈਗਾ ਹੈ ਜੀ 200 ਅਤੇ ਜਿਹੜਾ ਸਪੈਸ਼ਲ ਸਾਲ ਵਾਲੇ ਪੇਪਰਾਂ ਦਾ ਕੋਟਾ ਬਲੋਨੀਆ ਦੇ ਵਿੱਚ ਹੈਗਾ ਹੈ ਜੀ 20 ਅਤੇ ਇਸ ਤੋਂ ਬਾਅਦ ਕਮੈਂਟ ਹੈਗਾ ਹੈ ਜੀ ਸਚਿਨ ਅਤੇ ਇਹਨਾਂ ਦਾ ਕਮੈਂਟ ਹੈਗਾ ਆ ਬਾਈ ਮੇਰੇ ਲੇਜੇ ਸੇ ਲੱਗੇ ਹੈ 21/3/2024 9:03:04 ਇਹ ਕਹਿੰਦੇ ਆ ਕਿ ਨੰਬਰ ਇਹਨਾਂ ਦਾ ਆ ਜਾਊਗਾ ਜਾਂ ਨਹੀਂ ਅਤੇ ਇਹਨਾਂ ਦੇ ਪੇਪਰ ਜਿਹੜੇ ਡੋਮੈਸਟਿਕ ਆ ਲੇਜੇ ਦੇ ਵਿੱਚੋਂ ਅਤੇ ਲੇਜੇ ਦੇ ਵਿੱਚੋਂ ਜਿਹੜੇ 9 ਮਹੀਨੇ ਵਾਲੇ ਪੇਪਰ ਆ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ ਅਤੇ ਜਿਹੜੇ ਡੋਮੈਸਟਿਕ ਪੇਪਰ ਆ ਉਹਨਾਂ ਨੂੰ ਹਜੇ ਥੋੜ੍ਹਾ ਟਾਈਮ ਲੱਗੂਗਾ ਟਾਈਮਿੰਗ ਇਹਨਾਂ ਦੀ ਕਾਫੀ ਵਧੀਆ ਅਤੇ ਪੇਪਰ ਜਿਹੜੇ ਅਸੀਂ ਇਹਨਾਂ ਦੀ ਆਸ ਕਰਦੇ ਹਾਂ ਕਿ ਪੇਪਰ ਇਹਨਾਂ ਦੇ ਜ਼ਰੂਰ ਨਿਕਲਣ ਕਿਉਂਕਿ 9:03:04 'ਤੇ ਚਾਰ ਸੈਕਿੰਡ 'ਤੇ ਇਹਨਾਂ ਦੇ ਜਿਹੜੇ ਪੇਪਰ ਭਰ ਹੋਏ ਆ ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ ਅਗਲਾ ਕਮੈਂਟ ਹੈਗਾ ਗੁਰਪ੍ਰੀਤ ਗੈਰੀ ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ 25/3/2024 ਨੂੰ ਇਹਨਾਂ ਦੇ ਪੇਪਰ ਭਰ ਹੋਏ ਸੀਗੇ ਜਿਹੜੇ ਕਿ ਪੇਪਰ ਸੀਗੇ 9 ਮਹੀਨੇ ਵਾਲੇ ਇਹ ਕਹਿ ਰਿਹਾ ਕਿ ਪਰ ਹਜੇ ਤੱਕ ਇਹਨਾਂ ਨੂੰ ਏਜੰਟ ਨੇ ਸਲਿੱਪ ਨਹੀਂ ਦਿੱਤੀ ਅਤੇ ਜੇਕਰ ਤੁਹਾਡੇ ਏਜੰਟ ਨੇ ਤੁਹਾਨੂੰ ਹਜੇ ਤੱਕ ਸਲਿੱਪ ਨਹੀਂ ਦਿੱਤੀ ਇਹ ਤਾਂ ਤੁਹਾਡਾ ਫਰਜ਼ ਬਣਦਾ ਕਿਉਂਕਿ ਤੁਸੀਂ ਏਜੰਟ ਆਪਣੇ ਨੂੰ ਪੈਸੇ ਦਿੱਤੇ ਹੁੰਦੇ ਆ ਤੁਹਾਡਾ ਫਰਜ਼ ਬਣਦਾ ਆਪਣੇ ਏਜੰਟ ਕੋਲੋਂ ਸਲਿੱਪ ਲੈਣੀ ਅਤੇ ਉਹਦਾ ਫਰਜ਼ ਬਣਦਾ ਕਿ ਤੁਹਾਨੂੰ ਸਲਿੱਪ ਦੇਣੀ ਜੇ ਸਹੀ ਤਰੀਕੇ ਨਾਲ ਤੁਹਾਡੇ ਪੇਪਰ ਭਰ ਹੋਏ ਆ ਕਿਉਂਕਿ ਜੇਕਰ ਤਾਂ ਏਜੰਟ ਨੇ ਸਹੀ ਤਰੀਕੇ ਨਾਲ ਭਰ ਹੋਏ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪੇਪਰ ਜਿਹੜੇ ਆ ਤੁਹਾਨੂੰ ਸਲਿੱਪ ਦੇਣ ਦੇ ਵਿੱਚ ਅਤੇ ਜੇਕਰ ਏਜੰਟ ਨੇ ਪੇਪਰ ਜਾਂ ਕਈ ਵਾਰ ਏਜੰਟ ਪੇਪਰ ਸਹੀ ਤਰੀਕੇ ਨਾਲ ਭਰੇ ਵੀ ਹੁੰਦੇ ਆ ਫਿਰ ਵੀ ਜਿਹੜੀ ਆ ਸਲਿੱਪ ਤੁਹਾਨੂੰ ਨਹੀਂ ਦਿੰਦੇ ਪਰ ਹੁਣ ਜਿਹੜੇ ਤੁਹਾਡੇ ਇੱਥੇ ਪੇਪਰ ਆ ਉਹ 9 ਮਹੀਨੇ ਵਾਲੇ ਆ ਅਤੇ 9 ਮਹੀਨੇ ਵਾਲੇ ਜਿਹੜੇ ਪੇਪਰ ਆ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ ਅਤੇ ਜੇਕਰ ਤੁਹਾਡੇ ਏਜੰਟ ਨੇ ਤੁਹਾਡੇ ਪੇਪਰ ਜਿਹੜੇ ਉਹ ਭਰ ਹੋਏ ਸੀਗੇ ਤਾਂ ਤੁਹਾਡੇ ਪੇਪਰ ਜਿਹੜੇ ਆ ਹੁਣ ਜ਼ਰੂਰ ਨਿਕਲੂਗੇ
ਅਤੇ ਇਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਣੇ ਅਗਲੇ ਕਮੈਂਟ ਵੱਲ। ਅਤੇ ਅਗਲਾ ਕਮੈਂਟ ਹੈਗਾ ਆ ਪ੍ਰਭ ਬੰਗਾ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਗੁੱਡ ਮਾਰਨਿੰਗ ਭਾਅ ਜੀ, ਅਤੇ ਕੋਈ ਅਪਡੇਟ ਪਾਰਮਾ ਸਿਟੀ 25/3/2024 ਨੂੰ ਇਹਨਾਂ ਦੇ ਜਿਹੜੇ 9ਵੀਂ ਵਾਲੇ ਪੇਪਰ ਭਰ ਹੋਏ ਸੀ ਪਾਰਮਾ ਤੋਂ। ਜੇ ਆਪਾਂ ਪਾਰਮਾ ਦਾ ਕੋਟਾ ਦੇਖ ਲਈਏ, ਪਾਰਮਾ ਰਿਜੋ ਅਮੀਲੀਆ ਦਾ ਕੋਟਾ, ਜਿਹੜੇ ਤਾਂ ਮਾਲਕ ਵੱਲੋਂ ਪੇਪਰ ਭਰ ਹੋਏ ਸੀਗੇ, ਉਹਦਾ ਕੋਟਾ ਹੈਗਾ ਜੀ 50, ਐਗਰੀਕਲਚਰ ਏਜੰਸੀਆਂ ਵੱਲੋਂ 100, ਸਪੈਸ਼ਲ ਜਿਹੜੇ ਸਾਲ ਵਾਲੇ ਸੀਗੇ ਉਹਦਾ ਕੋਟਾ ਸੀਗਾ ਪਾਰਮਾ ਰਾਜੋ ਅਮੀਲੀਆ ਤੋਂ 15। ਅਤੇ ਇਸ ਤੋਂ ਬਾਅਦ ਆਪਾਂ ਵੱਧਦੇ ਹਾਂ ਜੀ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਦੀਪਕ ਸਿੰਘ ਰਥੌਰ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਅਰੀਜੋ ਸਿਟੀ ਮੇਂ ਕਿਤਨਾ ਕੋਟਾ ਹੈ, 9 ਮੰਥ ਵਾਲੇ ਪੇਪਰ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਗਏ ਜਾਂ ਨਹੀਂ। ਅਤੇ ਜੇਕਰ ਆਪਾਂ ਅਰੀਜੋ ਦਾ ਦੇਖ ਲਈਏ ਕੋਟਾ, ਸਭ ਤੋਂ ਪਹਿਲਾਂ ਇਹ ਤਾਂ ਜਿਹੜੇ ਮਾਲਕਾਂ ਵੱਲੋਂ ਪੇਪਰ ਭਰ ਹੋਏ ਸੀ ਉਹਦਾ ਕੋਟਾ ਹੈਗਾ 200, ਜਿਹੜੇ ਐਗਰੀਕਲਚਰ ਏਜੰਸੀਆਂ ਵੱਲੋਂ ਕੋਟਾ ਸੀਗਾ ਉਹਦਾ ਕੋਟਾ ਆ 450, ਅਤੇ ਸਪੈਸ਼ਲ ਕੋਟਾ ਸਾਲ ਵਾਲੇ ਪੇਪਰਾਂ ਲਈ ਹੈਗਾ ਜੀ 20। ਕਾਫੀ ਕੋਟਾ ਆ ਅਰੀਜੋ ਦਾ। ਅਤੇ ਜੇਕਰ ਕੱਲ੍ਹ ਲਈ ਹੁਣ 9 ਮਹੀਨੇ ਵਾਲੇ ਪੇਪਰ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ ਜਾਂ ਨਹੀਂ, ਅਤੇ 9 ਮਹੀਨੇ ਵਾਲੇ ਜਿਹੜੇ ਪੇਪਰ ਆ ਹੁਣ ਨਿਕਲਣੇ ਸ਼ੁਰੂ ਹੋ ਚੁੱਕੇ ਆ ਲਗਭਗ, ਜਿਹੜੀਆਂ ਹੁਣ ਸਾਰੇ ਜ਼ਿਲ੍ਹਿਆਂ 'ਚੋਂ ਪੇਪਰ ਜਿਹੜੇ ਉਹ ਨਿਕਲਣੇ ਸ਼ੁਰੂ ਹੋ ਚੁੱਕੇ ਆ। ਅਤੇ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਸ਼ਰਨਦੀਪ ਸਿੰਘ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਭਾਅ ਜੀ 2 ਦਸੰਬਰ ਵਾਲੇ ਪੇਪਰ ਰੋਮਾ ਤੋਂ ਕਦੋਂ ਤੱਕ ਨਿਕਲਣਗੇ। ਅਤੇ ਇਹ ਜਿਹੜੇ ਦਸੰਬਰ ਵਾਲੇ ਪੇਪਰ ਆ, 2 ਦਸੰਬਰ ਨੂੰ ਜਿਹੜੇ ਸੀਗੇ ਉਹ ਸਾਲ ਵਾਲੇ ਪੇਪਰ ਭਰ ਹੋਏ ਸੀਗੇ, ਅਤੇ ਸਾਲ ਵਾਲੇ ਪੇਪਰ ਨੂੰ ਜਿਹੜਾ ਨਿਕਲਣ ਨੂੰ ਥੋੜ੍ਹਾ ਜਿਹਾ ਟਾਈਮ ਲੱਗ ਜਾਂਦਾ ਹੁੰਦਾ, ਅਤੇ ਕਾਫੀ ਮੇਰੇ ਵੀਰਾਂ ਭਰਾਵਾਂ ਦੇ ਹੁਣ ਪੇਪਰ ਨਿਕਲ ਵੀ ਰਹੇ ਆ। ਅਤੇ ਜੇਕਰ ਕੋਈ ਵੀ ਮੇਰੇ ਵੀਰ ਭਰਾ ਦੇ ਦਸੰਬਰ ਵਾਲੇ ਪੇਪਰ ਨਿਕਲਦੇ ਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਸਕਦਾ ਆ। ਅਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਅਗਲੇ ਕਮੈਂਟ ਵੱਲ, ਅਗਲਾ ਕਮੈਂਟ ਹੈਗਾ ਮਨਪ੍ਰੀਤ ਕੌਰ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਆ ਭਾਅ ਜੀ ਮੇਰੇ ਹਸਬੈਂਡ ਦੇ ਨਾਲ ਜਿਹੜੇ ਹੋਰਾਂ ਦੇ ਪੇਪਰ ਭਰੇ ਸੀਗੇ ਉਹ ਨਿਕਲ ਗਏ, ਪਰ ਇਹਨਾਂ ਦੇ ਹਸਬੈਂਡ ਦੇ ਹਜੇ ਜਿਹੜੇ ਪੇਪਰ ਉਹ ਨਹੀਂ ਨਿਕਲੇ। ਇਸ ਤਰੀਕੇ ਨਾਲ ਕਦੀ ਕਦੀ ਹੋ ਜਾਂਦਾ ਹੁੰਦਾ ਆ, ਤੁਸੀਂ ਟੈਨਸ਼ਨ ਨਾ ਲਓ। ਜਿਹੜੇ ਜੇਕਰ ਬਾਕੀਆਂ ਦੇ ਪੇਪਰ ਜਿਹੜੇ ਨਿਕਲੇ ਆ ਤਾਂ ਉਹਨਾਂ ਦੇ ਵੀ ਪੇਪਰ ਜਿਹੜੇ ਆ ਜ਼ਰੂਰ ਨਿਕਲੂਗੇ। ਥੋੜ੍ਹਾ ਬਹੁਤਾ ਟਾਈਮਿੰਗ ਜਿਹੜੀ ਆ 1-2 ਦਿਨ ਜਾਂ ਵੀ ਫਰਕ ਪੈ ਜਾਂਦਾ ਹੁੰਦਾ, ਕੋਈ ਚੱਕਰ ਨਹੀਂ, ਪੇਪਰ ਜਿਹੜੇ ਆ ਜ਼ਰੂਰ ਨਿਕਲੂਗੇ। ਮਾਰਚ ਵਾਲੇ ਪੇਪਰ ਜਿਹੜੇ ਹੁਣ ਨਿਕਲ ਰਹੇ ਆ। ਅਤੇ ਇਸ ਤੋਂ ਬਾਅਦ ਦੇਖ ਲੈਂਦੇ ਜੀ ਅਗਲਾ ਕਮੈਂਟ, ਅਗਲਾ ਕਮੈਂਟ ਹੈਗਾ ਹਰਸ਼ ਕਾਲੀਆ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਭਾਅ ਜੀ ਮੇਰੇ ਪੇਪਰ ਟਾਈਮਿੰਗ 9:03 ਅਤੇ 6 ਸੈਕਿੰਡ, ਅਤੇ ਸਿਟੀ ਇਹਨਾਂ ਦੀ ਹੈਗੀ ਆ ਜੀ FE। ਅਤੇ ਜੇਕਰ ਹੁਣ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ FE ਕਿਹੜੀ ਆ, FE ਦਾ ਮਤਲਬ ਹੈਗਾ ਜੀ ਫਰਾਰਾ। ਫਰਾਰਾ ਤੋਂ ਇਹਨਾਂ ਦੇ ਪੇਪਰ ਜਿਹੜੇ ਭਰ ਹੋਏ ਸੀਗੇ 25 ਮਾਰਚ ਵਾਲੇ 9 ਮਹੀਨੇ ਵਾਲੇ। ਅਤੇ ਫਰਾਰੇ ਦਾ ਜੇਕਰ ਹੁਣ ਆਪਾਂ ਕੋਟੇ ਦੀ ਗੱਲ ਕਰ ਲਈਏ, ਅਤੇ ਫਰਾਰੇ ਦਾ ਜਿਹੜਾ ਕੋਟਾ ਹੈਗਾ ਆ ਉਹ ਤਾਂ ਜਿਹੜੇ ਸੀਗੇ ਮਾਲਕਾਂ ਵੱਲੋਂ ਪੇਪਰ ਭਰ ਹੋਏ ਸੀਗੇ ਉਹ ਕੋਟਾ ਹੈਗਾ ਜੀ 250, ਅਤੇ ਐਗਰੀਕਲਚਰ ਏਜੰਸੀਆਂ ਵੱਲੋਂ ਜਿਹੜੇ ਪੇਪਰ ਭਰ ਹੋਏ ਸੀ ਉਹ ਵੀ ਕੋਟਾ 250 ਆ, ਅਤੇ ਜਿਹੜਾ ਸਪੈਸ਼ਲ ਸਾਲ ਵਾਲਾ ਸੀਗਾ ਉਹ ਕੋਟਾ ਹੈਗਾ ਜੀ 15। ਅਤੇ ਉਸ ਤੋਂ ਬਾਅਦ ਹੁਣ ਚੱਲਦੇ ਹਾਂ ਜੀ ਆਪਾਂ ਅਗਲੇ ਕਮੈਂਟ ਵੱਲ, ਅਤੇ ਅਗਲਾ ਕਮੈਂਟ ਹੈਗਾ ਆ ਓਫੀਸ਼ੀਅਲ ਆਸ਼ੀਸ਼ ਵੱਲੋਂ, ਅਤੇ ਇਹਨਾਂ ਦਾ ਕਮੈਂਟ ਹੈਗਾ ਆ ਕਿ ਭਾਅ ਜੀ 25/3/2024 ਨੂੰ ਲਤੀਨਾ ਦੇ ਵਿੱਚੋਂ ਇਹਨਾਂ ਦੇ ਪੇਪਰ ਜਿਹੜੇ ਆ ਉਹ ਭਰ ਹੋਏ ਸੀਗੇ, ਅਤੇ ਟਾਈਮਿੰਗ ਹੈਗੀ ਆ 9:05 ਅਤੇ 21 ਸੈਕਿੰਡ। ਅਤੇ ਮੇਰੇ ਹਿਸਾਬ ਨਾਲ ਇਹ ਪੁੱਛ ਰਿਹਾ ਕਿ ਇਹ ਪੇਪਰ ਜਿਹੜੇ ਆ ਸਾਲ ਵਾਲੇ ਆ ਜਾਂ ਫਿਰ 9 ਮਹੀਨੇ ਵਾਲੇ ਆ। ਅਤੇ ਇਹ ਜਿਹੜੇ ਪੇਪਰ ਆ ਤੁਹਾਡੇ 25 ਤਰੀਕ ਨੂੰ ਕਲਿੱਕ ਹੋਏ ਸੀਗੇ, ਅਤੇ 25 ਤਰੀਕ ਵਾਲੇ ਜਿਹੜੇ ਪੇਪਰ ਆ ਹੋ ਗਏ 9 ਮਹੀਨੇ ਵਾਲੇ ਪੇਪਰ ਆ ਜੀ, ਅਤੇ ਸਾਲ ਵਾਲੇ ਪੇਪਰ ਨਹੀਂ ਹੈਗੇ, 9 ਮਹੀਨੇ ਵਾਲੇ ਪੇਪਰ ਆ। ਅਤੇ ਜੇਕਰ ਤੁਹਾਡਾ ਏਜੰਟ ਕਹਿੰਦਾ ਕਿ ਸਾਲ ਵਾਲੇ ਪੇਪਰ ਆ ਤਾਂ ਇਹ ਤੋਂ ਤੁਸੀਂ ਸਮਝ ਸਕਦੇ ਆ, ਜਾਂ ਤਾਂ ਰਸੀਦ ਦੇ ਉੱਤੇ ਤੁਹਾਡੀ 'ਤੇ ਸਾਲ ਵਾਲੇ ਲਿਖੇ ਹੋ ਆ ਤਾਂ ਇਹ ਤੋਂ ਸਮਝ ਸਕਦੇ ਕਿ ਰਸੀਦ ਜਿਹੜੀ ਫੇਕ ਆ। ਅਤੇ ਜੇਕਰ ਤੁਹਾਨੂੰ ਨਹੀਂ ਸਮਝ ਆ ਰਹੀ ਰਸੀਦ ਦੀ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹਾਂ, ਅਤੇ ਉੱਥੇ ਜਾ ਕੇ ਸਾਨੂੰ ਆਪਣੀ ਰਸੀਦ ਭੇਜ ਸਕਦੇ ਹਾਂ ਤਾਂ ਅਸੀਂ ਚੈੱਕ ਕਰਕੇ ਤੁਹਾਨੂੰ ਦੱਸ ਦੇਵਾਂਗੇ। ਅਤੇ ਇਸ ਤੋਂ ਬਾਅਦ ਆਪਾਂ ਵੱਧਦੇ ਹਾਂ ਜੀ ਅਗਲੇ ਕਮੈਂਟ ਵੱਲ, ਅਗਲਾ ਕਮੈਂਟ ਹੈਗਾ ਸੁਖੀ ਭਾਟਾ ਵੱਲੋਂ, ਇਹਨਾਂ ਦਾ ਕਮੈਂਟ ਹੈਗਾ ਬਾਈ ਜੀ ਮੇਰੇ ਪੇਪਰ ਨਿਕਲ ਆਏ ਆ, ਸਭ ਤੋਂ ਪਹਿਲਾਂ ਮੁਬਾਰਕਾਂ ਤੁਹਾਨੂੰ ਜੀ ਤੁਹਾਡੇ ਜਿਹੜੇ ਪੇਪਰ ਨਿਕਲ ਆਏ ਆ। ਅਤੇ ਉਸ ਤੋਂ ਬਾਅਦ ਆਪਾਂ ਅਗਲਾ ਇਹਨਾਂ ਦਾ ਇੱਕ ਕਮੈਂਟ ਆ ਪੜ੍ਹਦੇ ਹਾਂ, ਅਤੇ ਇਹ ਕਹਿ ਰਹੇ ਆ ਜਿਹੜੇ ਇਹਨਾਂ ਦੇ ਪੇਪਰ ਆ ਉਹ ਮਤੇਰਾ ਤੋਂ ਨਿਕਲੇ ਆ, ਅਤੇ ਇਹ ਕਹਿ ਰਿਹਾ ਕਿ ਮੈਂ ਪਹਿਲਾਂ ਹੀ ਇਟਲੀ ਦੇ ਵਿੱਚ ਆ, ਅਤੇ ਹੁਣ ਜੇ ਮੈਂ ਇੰਡੀਆ ਚਲ ਜਾਵਾਂ ਓਲਡ ਪਾਸਪੋਰਟ 'ਤੇ ਵੀਜ਼ਾ ਇਹਨਾਂ ਦਾ ਲੱਗ ਜੂਗਾ ਜਾਂ ਨਹੀਂ, ਜਾਂ ਫਿਰ ਇਹ ਕਹਿ ਰਹੇ ਕਿ ਇਹਨਾਂ ਨੂੰ ਨਵਾਂ ਜਿਹੜਾ ਪਾਸਪੋਰਟ ਬਣਵਾਉਣਾ ਪਊਗਾ, ਅਤੇ ਇਹ ਕਹਿੰਦੇ ਕੋਈ ਮੁਸ਼ਕਲ ਤਾਂ ਨਹੀਂ ਆਊਗੀ। ਅਤੇ ਜੇਕਰ ਤੁਸੀਂ ਹੁਣ ਇੰਡੀਆ ਜਾਂਦੇ ਆ ਅਤੇ ਉਸ ਤੋਂ ਤੁਸੀਂ ਵੈਸੇ ਤਾਂ ਇਹ ਵੀ ਪਾਸਪੋਰਟ 'ਤੇ ਆਪਣਾ ਵੀਜ਼ਾ ਜਿਹੜਾ ਲਵਾ ਸਕਦੇ ਆ, ਪਰ ਜੇਕਰ ਤੁਹਾਡੇ ਪਾਸਪੋਰਟ ਦੇ ਉੱਤੇ ਨੇਮ ਅਤੇ ਸਰਨੇਮ ਦੀ ਪ੍ਰੋਬਲਮ ਆ, ਨਹੀਂ ਸਹੀ ਲੱਗਾ ਹੈਗਾ, ਤਾਂ ਤੁਸੀਂ ਜਿਹੜਾ ਪਾਸਪੋਰਟ ਨਵਾਂ ਵੀ ਬਣਵਾ ਸਕਦੇ ਆ। ਅਤੇ ਜਿਹੜਾ ਇਹ ਆਪਣਾ ਪੁਰਾਣਾ ਪਾਸਪੋਰਟ ਆ ਤੁਸੀਂ ਸਾਂਭ ਕੇ ਰੱਖਿਓ, ਅੰਬੈਸੀ ਵਾਲੇ ਜਿਹੜੇ ਆ ਦਰਬਾਰ 'ਚ ਹੀ ਮੰਗ ਸਕਦੇ ਆ ਤੁਹਾਡੇ ਕੋਲੋਂ, ਤੁਹਾਡਾ ਜਿਹੜਾ ਚੈੱਕ ਕਰ ਸਕਦੇ ਪਾਸਪੋਰਟ, ਪੁੱਛ ਸਕਦੇ ਕਿ ਤੁਹਾਡਾ ਪੁਰਾਣਾ ਪਾਸਪੋਰਟ ਕਿੱਥੇ ਆ। ਅਤੇ ਜੇਕਰ ਤੁਹਾਡਾ ਨਾਮ ਅਤੇ ਸਰਨੇਮ ਜਿਹੜਾ ਇਸੇ ਪਾਸਪੋਰਟ 'ਤੇ ਸਹੀ ਆ, ਫਿਰ ਤੁਸੀਂ ਇਹ ਪਾਸਪੋਰਟ 'ਤੇ ਵੀ ਆਪਣਾ ਕਰਾ ਸਕਦੇ ਆ, ਕੋਈ ਚੱਕਰ ਵਾਲੀ ਗੱਲ ਨਹੀਂ। ਹਾਂਜੀ, ਅਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ, ਅਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ।
ਜੇ ਵਧੀਆ ਲੱਗਦੀ ਵੀਡੀਓ ਤਾਂ ਲਾਈਕ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਕਰਕੇ ਤੁਸੀਂ ਕੋਈ ਆਪਣਾ ਵੀ ਸਵਾਲ ਜਵਾਬ ਪੁੱਛ ਸਕਦੇ ਹਾਂ ਅਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਉਹਦਾ ਵੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਤੁਸੀਂ ਜ਼ਰੂਰ ਕਰਿਆ ਕਰੋ ਅਤੇ ਜੇ ਚੈਨਲ 'ਤੇ ਨਵੇਂ ਸੀਗੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਲਿਆ ਕਰੋ। ਅਤੇ ਹੁਣ ਜਲਦੀ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਵਿੱਚ।